ਕਾਲ ਅਸਲਾਮ ਵਾਲੇਕੁਮ ਨਮਸਕਾਰ ਦੋਸਤੋ ਮੈਂ ITCT ਮੌਲੀ ਤੋਂ ਗੱਲ ਕਰ ਰਿਹਾ। ਆ ਸਿੱਧੀ ਰੋਡ ਹਾਈਵੇ ਤੋਂ ਏਅਰਪੋਰਟ ਰੋਡ ਤੋਂ ਸਿੱਧੀ ਰੋਡ ਆ ਰਹੀ ਹੈ ਔਰ ਜਿਵੇਂ ਆਪਾਂ ਇੱਧਰ ਟਰਨ ਕਰਾਂਗੇ ਇਸ ਜਗ੍ਹਾ 'ਤੇ ਇੱਕ 150 ਗਜ਼ ਦਾ ਪਲੋਟ ਆ ਜਾਂਦਾ। ਤੁਹਾਨੂੰ ਪਲੋਟ ਵੀ ਦਿਖਾ ਦਿੰਦਾ। ਸਭ ਤੋਂ ਪਹਿਲਾਂ ਇੱਥੇ ਵਾਟਰ ਸੀਵਰ ਕਨੈਕਸ਼ਨ ਸਾਰੇ ਪਏ ਹੋਏ ਹੈ ਔਰ ਪੱਕੀ ਸੜਕਾਂ ਬਣੀ ਹੋਈ, ਲੁੱਕ ਵਾਲੀ ਸੜਕ ਹੈਗੀ ਹੈ। ਸਾਰੇ ਘਰ ਬਣੇ ਹੋਏ ਆ, ਤੁਸੀਂ ਦੇਖ ਸਕਦੇ ਹੋ, ਪ੍ਰੋਪਰ ਵੈੱਲ ਡਿਵੈਲਪਡ ਹੈ। ਔਰ ਇਸ ਲੋਕੇਸ਼ਨ ਦੇ ਵਿੱਚ ਆ ਪਲੋਟ ਆ ਜਾਂਦਾ 150 ਗਜ਼ ਦਾ ਔਰ ਇਹਦਾ ਸਾਈਜ਼ ਜਿਹੜਾ ਹੈਗਾ ਦੋਸਤੋ ਹੈਗਾ 22x60, 22x60 ਸਾਈਜ਼ ਹੈਗਾ। ਬਹੁਤ ਹੀ ਪ੍ਰਾਈਮ ਲੋਕੇਸ਼ਨ ਦੇ ਵਿੱਚ ਇਹ ਪਲੋਟ ਹੈਗਾ ਦੋਸਤੋ ਔਰ ਨੌਰਥ ਈਸਟ ਫੇਸਿੰਗ ਹੈ। ਸਭ ਤੋਂ ਅੱਛੀ ਗੱਲ ਹੈ ਕਿ ਡਿਵੈਲਪਮੈਂਟ ਪੂਰੀ ਹੈ, ਚੌੜੀ ਸੜਕ, ਅਗਰ ਤੁਸੀਂ ਸੜਕ ਦੇਖੋਗੇ ਬਹੁਤ ਚੌੜੀ ਹੈਗੀ ਹੈ ਔਰ ਇਸ ਲਾਈਨ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਪਲੋਟ ਮਿਲ ਜਾਏਗਾ ਦੋਸਤੋ। 22x60 ਸਾਈਜ਼ ਹੈ, ਨੌਰਥ ਈਸਟ ਫੇਸਿੰਗ ਸਾਈਜ਼ ਹੈ ਦੋਸਤੋ। ਇਸ ਤੋਂ ਇਲਾਵਾ ਤੁਹਾਨੂੰ ਦੱਸਣਾ ਚਾਹਾਂਗਾ 60-foot ਰੋਡ ਫੇਸਿੰਗ ਹੈ। ਅਗਰ ਇਸ ਘਰ ਅਤੇ ਇਸ ਘਰ ਦੀ ਅਗਰ ਆਪਾਂ ਚੌੜਾਈ ਦੇਖੀਏ, ਸੜਕ ਦੀ ਚੌੜਾਈ ਦੇਖੀਏ ਤਾਂ 60-foot ਰੋਡ ਹੈਗੀ ਹੈ, ਕਾਫੀ ਚੌੜੀ ਰੋਡ ਹੈਗੀ ਹੈ। ਦੂਸਰਾ ਘਰ ਦੇਖੋਗੇ ਡਿਸਟੈਂਸ ਕਾਫੀ ਹੈਗਾ ਦੋਸਤੋ। ਔਰ ਇਸ ਲਾਈਨ ਦੇ ਵਿੱਚ ਤੁਹਾਨੂੰ ਮੈਂ ਜਿਹੜਾ ਪਲੋਟ ਦੱਸਿਆ ਔਰ ਇਹਦੀ ਪ੍ਰਾਈਜ਼ ਜਿਹੜੀ ਹੈਗੀ ਹੈ ਉਹ ਮੈਨੂੰ ਤੁਸੀਂ ਕਾਲ ਕਰ ਲਿਓ ਬੈਸਟ ਪ੍ਰਾਈਜ਼ ਲਈ ਮੇਰੇ ਮੋਬਾਈਲ ਨੰਬਰ 'ਤੇ 7986051479 'ਤੇ ਦੋਸਤੋ। ਅਗਰ ਕੋਈ ਮੌਲੀ ਦੇ ਵਿੱਚ ਆਪਣਾ ਨੀਅਰ ਏਅਰਪੋਰਟ ਰੋਡ 'ਤੇ ਅਗਰ ਕੋਈ ਪਲੋਟ ਲੱਭ ਰਿਹਾ ਐਰੋਸਿਟੀ ITCT MR ਵੇਵਸ ਦੇ ਵਿੱਚ ਤਾਂ ਮੇਰੇ ਮੋਬਾਈਲ ਨੰਬਰ 'ਤੇ ਕੰਟੈਕਟ ਕਰਿਓ। ਉਸ ਤੋਂ ਇਲਾਵਾ ਸੰਨੀ ਇਨਕਲੇਵ ਦੇ ਵਿੱਚ ਮੇਰੇ ਕੋਲ ਬਹੁਤ ਸਾਰੀ ਕੋਠੀਜ਼ ਅਤੇ ਪਲੋਟਸ ਦੀ ਆਪਸ਼ਨਸ ਅਵੇਲੇਬਲ ਹੈ। ਅਤੇ ਦੋਸਤੋ ਉਮੀਦ ਕਰਦਾ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ। ਆਪਾਂ ਫਿਰ ਮਿਲਦੇ ਇੱਕ ਨਵੀਂ ਵੀਡੀਓ ਨਾਲ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ, ਧੰਨਵਾਦ ਜੀ।